आप जी का मेरे यूट्यूब चैनल थिंक टेक में बहुत बहुत स्वागत है। सो अज की वीडियो के असी डिस्कस करांगे कि जो रिसेंटली इना दी वैबसाइट पर डेटवानीज एजुकेशन रिक्वायरमेंट बोर्ड की वैबसाइट पर जिहड़े मास्टर कैडर के रिगार्डिंग एक जिहड़ा इना दा लैटर है वह अपलोड होया प्रेस लोट जिहड़ा है वह इना दा सर्कुलर वैबसाइट पर अपडेट होया वह की है तो उस दे रिगार्डिंग तुसी इना दी ऑफिशियल वैबसाइट पर विजिट कर जाओ और इत्थे देखो जी चौथे नंबर पर आ रहा लेटैसट रिक्वायरमेंट ਤੁਸੀਂ ਉਹਦੇ ਉੱਪਰ ਕਲਿੱਕ ਕਰ ਦਿਓ। ਕਰਨ ਤੋਂ ਬਾਅਦ ਦੂਜਾ ਹੈਗਾ ਜੀ ਮਾਸਟਰ ਕੈਡਰ ਦਾ ਲਿੰਕ, ਇੱਥੇ ਤੁਸੀਂ ਕਲਿੱਕ ਕਰ ਦਿਓ। ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਪਹਿਲਾ ਹੀ ਲਿੰਕ ਆ ਰਿਹਾ ਰਿਗਾਰਡਿੰਗ ਕਰੈਕਸ਼ਨ ਆਫ ਐਪਲੀਕੇਸ਼ਨ ਫੋਰਮ ਆਫ ਮਾਸਟਰ ਕੈਡਰ। ਸੋ ਮੈਂ ਇੱਥੇ ਕਲਿੱਕ ਕਰਦਾ। ਸੋ ਇਹਨੂੰ ਆਪਾਂ ਡਾਊਨਲੋਡ ਕਰ ਲੈਂਦੇ ਹਾਂ। ਸੋ ਇਹਨੂੰ ਡਾਊਨਲੋਡ ਕਰਕੇ ਮੈਂ ਤੁਹਾਨੂੰ ਇੱਥੇ ਸ਼ੋਅ ਕਰ ਦਿੰਦਾ ਹੈ ਕਿ ਇਹਦੇ ਵਿੱਚ। ਸੋ ਮੈਂ ਇਹਨੂੰ ਓਪਨ ਕਰਦਾ। ਸੋ ਇਹਦੇ ਵਿੱਚ ਆਪਾਂ ਦੇਖਦੇ ਹਾਂ, ਫਿਲਹਾਲ ਤੁਹਾਨੂੰ ਪਤਾ ਜੀ ਕੱਲ੍ਹ ਦੀ ਜਿਹੜੀ ਇਹਨਾਂ ਦੀ ਕੁਰੈਕਸ਼ਨ ਪੈਨਲ ਆ ਇਹਨਾਂ ਦਾ ਓਪਨ ਹੋ ਚੁੱਕਾ ਆ ਅਤੇ ਇਹਦੇ ਵਿੱਚ ਕਾਫੀ ਜ਼ਿਆਦਾ ਕੈਂਡੀਡੇਟਸ ਕੁਰੈਕਸ਼ਨ ਕਰਦੇ ਪਏ ਨੇ। ਸੋ ਇਹ ਫਿਲਹਾਲ 20 ਤਰੀਕ ਦਾ ਜਿਹੜਾ ਕਿ ਅੱਜ ਹੀ ਇਹਨਾਂ ਦਾ ਅਪਡੇਟ ਹੋਇਆ ਲੈਟਰ ਹੁਣੇ ਰੀਸੈਂਟਲੀ ਥੋੜ੍ਹੀ ਦੇਰ ਪਹਿਲੇ। ਸੋ ਦੇਖਦੇ ਹਾਂ, ਸਿੱਖਿਆ ਵਿਭਾਗ ਪੰਜਾਬ ਵੱਲੋਂ 2182 ਮਾਸਟਰ ਕੈਡਰ ਦੀਆਂ ਅਸਾਮੀਆਂ ਦੀ ਭਰਤੀ ਲਈ ਮਿਤੀ 28/2 ਨੂੰ ਵਿਗਿਆਪਨ ਦਿੱਤਾ ਗਿਆ ਸੀ ਇਹਨਾਂ ਨੇ। ਵਿਗਿਆਪਨ ਦੀ ਸ਼ਰਤਾਂ ਅਨੁਸਾਰ ਉਮੀਦਵਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਸੀ ਉਹਨਾਂ ਨੇ ਅਤੇ 18 ਇਹਦੀ ਲਾਸਟ ਡੇਟ ਸੀ ਸ਼ਾਮ ਦੇ 5 ਵਜੇ ਤੱਕ। ਜਿਨ੍ਹਾਂ ਉਮੀਦਵਾਰਾਂ ਵੱਲੋਂ ਆਨਲਾਈਨ ਅਪਲਾਈ ਕਰਦੇ ਸਮੇਂ ਆਪਣੀ ਆਨਲਾਈਨ ਫੋਰਮ ਵਿੱਚ ਕੋਈ ਗਲਤ ਸੂਚਨਾ ਭਰੀ ਹੈ, ਉਹ ਉਮੀਦਵਾਰ ਵਿਭਾਗ ਦੀ ਵੈਬਸਾਈਟ ਦੇ ਆਪਣੇ ਲੌਗਇਨ ਅਕਾਊਂਟ ਮੀਨ ਟੂ ਸੇ ਤੁਸੀਂ ਉਹਨੂੰ ਲੌਗਇਨ ਕਰਕੇ ਤੁਸੀਂ ਉਹਦੇ ਵਿੱਚ ਕੁਰੈਕਸ਼ਨ ਕਰ ਸਕਦੇ ਹੋ। ਅਤੇ ਜਿਹੜੀ ਇਹਦੀ ਲਾਸਟ ਡੇਟ ਆ ਦੇਖੋ ਜੀ 24 ਸ਼ਾਮ 5 ਵਜੇ ਤੱਕ ਹੈ। ਪਹਿਲੇ ਦੇਖੋ ਜੀ ਜਿਹੜੀ ਆਪਾਂ ਕੁਰੈਕਸ਼ਨ ਕਰਦੇ ਪਏ ਸੀ ਸਾਨੂੰ ਡੇਟ ਦਾ ਨਹੀਂ ਪਤਾ ਸੀਗਾ, ਬਟ ਹੁਣ ਇਹਨਾਂ ਨੇ ਰੀਸੈਂਟਲੀ ਜਿਹੜਾ ਲੈਟਰ ਅਪਡੇਟ ਕੀਤਾ ਵੈਬਸਾਈਟ ਦੇ ਉੱਪਰ ਇੱਥੇ ਇਹਨਾਂ ਨੇ ਡੇਟ ਵੀ ਡਿਕਲੇਅਰ ਕੀਤੀ ਹੈ ਕਿ 24 ਤਰੀਕ ਨੂੰ 5 ਵਜੇ ਤੱਕ ਤੁਸੀਂ ਇਹ ਕੁਰੈਕਸ਼ਨ ਵਗੈਰਾ ਕਰ ਸਕਦੇ ਹੋ। ਮੀਨ ਟੂ ਸੇ 5 ਵਜੇ ਤੋਂ ਪਹਿਲਾਂ ਤੁਸੀਂ ਇਹ ਕੁਰੈਕਸ਼ਨ ਕਰ ਲਿਓ ਵਜੇ ਤੱਕ ਸ਼ੋਧ ਕਰ ਸਕਦੇ ਹਨ, ਕੁਰੈਕਸ਼ਨਸ ਕਰ ਸਕਦੇ ਹਨ। ਇੱਥੇ ਇੱਕ ਹੋਰ ਦੇਖੋ ਜੀ, ਪਰੰਤੂ ਉਮੀਦਵਾਰ ਆਪਣੀ ਪਹਿਲੀ ਭਰੀ ਗਈ ਕੈਟਾਗਰੀ ਵਿੱਚ ਕੋਈ ਸ਼ੋਧ ਨਹੀਂ ਕਰ ਸਕਣਗੇ। ਸੋ ਇਹ ਵੀ ਮੈਨੂੰ ਕਾਫੀ ਜ਼ਿਆਦਾ ਕਮੈਂਟਸ ਆਏ ਸੀ ਕਿ ਸਰ ਜਿਹੜੀ ਸਾਡੀ ਕੈਟਾਗਰੀ ਹੈ ਉਹ ਗਲਤ ਫਿਲ ਹੋ ਗਈ ਹੈ ਕਿ ਆਪਾਂ ਉਹਨੂੰ ਅਪਡੇਟ ਕਰ ਸਕਦੇ ਹਾਂ, ਬਿਲਕੁਲ ਨਹੀਂ ਕਰ ਸਕਦੇ। ਕਿਉਂ? ਦੇਖੋ ਜੀ ਜਨਰਲ ਦੀ ਤੁਹਾਨੂੰ ਪਤਾ ਪੋਸਟ ਦੀ ਹੈਗੀ ਜੀ 1030 ਮੀਨ ਟੂ ਸੇ 1000 ਰੁਪਿਆ ਅਤੇ BC ਅਤੇ ਜਿਹੜਾ SC ਉਹਦੀ 500 ਰੁਪਿਆ। ਅਗਰ ਤੁਸੀਂ ਫੀਸ ਪੇ ਕਰਤੀ ਫਿਰ ਤੁਹਾਨੂੰ ਪਤਾ ਹੈ ਚੇਂਜਿਸ ਦਾ ਤਾਂ ਭੁੱਲ ਹੀ ਜਾਓ, ਬਿਕੋਜ਼ ਜੇ ਤੁਸੀਂ ਉਹਦੇ ਵਿੱਚ ਚੇਂਜਿਸ ਵਗੈਰਾ ਕਰਤੇ ਤਾਂ ਫਿਰ ਫੀਸ ਦਾ ਥੋੜ੍ਹਾ ਚੱਕਰ ਪੈ ਜਾਣਾ। ਸੋ ਫਿਲਹਾਲ ਫਰੈਂਡਸ, ਇਹ ਸੀ ਅੱਜ ਦੀ ਅਪਡੇਟ ਜੋ ਰੀਸੈਂਟਲੀ ਹੀ ਇਹਨਾਂ ਦੀ ਵੈਬਸਾਈਟ 'ਤੇ ਆਈ ਹੈ। 24 ਤਰੀਕ ਲਾਸਟ ਹੈ ਜੀ, ਜਿਨ੍ਹਾਂ ਕੈਂਡੀਡੇਟਸ ਨੇ ਕੁਰੈਕਸ਼ਨ ਕੀਤੀ ਹੈ ਡੈਟਸ ਗੁੱਡ, ਜਿਨ੍ਹਾਂ ਨੇ ਨਹੀਂ ਕੀਤੀ ਉਹ ਕੁਰੈਕਸ਼ਨ ਕਰ ਲੈਣ। ਬਸ ਤੁਹਾਨੂੰ ਪਤਾ ਸਰਵਰ ਬਿਜ਼ੀ ਹੋ ਜਾਣਾ, ਫੀਸ ਇਹਨਾਂ ਦੀ ਅੱਗੇ ਨਹੀਂ ਅਪਡੇਟ ਹੋ ਰਹੀ। ਸੋ ਜੇਕਰ ਤੁਸੀਂ ਕੋਈ ਵੀ ਪ੍ਰੋਬਲਮ ਫੇਸ ਕਰਦੇ ਹੋ ਇਹਨਾਂ ਦੀ ਕੁਰੈਕਸ਼ਨ ਵਿੱਚ, ਫੋਟੋ ਤੁਹਾਡੀ ਨਹੀਂ ਅਪਡੇਟ ਹੋ ਰਹੀ, ਟੈਸਟਡ ਫੋਟੋ ਨਹੀਂ ਹੋ ਰਹੀ ਅਪਡੇਟ ਨਾਲ ਦੇ ਨਾਲ, ਤੁਹਾਡੇ ਕੋਲ ਲੌਗਇਨ ID ਪਾਸਵਰਡ ਨਹੀਂ ਆ, ਭੁੱਲ ਗਏ ਹੋ, ਕਿਤੇ ਸਕਿੱਪ ਹੋ ਗਿਆ ਹੈ, ਜਾਂ ਹੋਰ ਵੀ ਦੇਰ ਆਰ ਸੋ ਮੈਨੀ ਕੁਰੀਜ਼ ਤੁਸੀਂ ਫੇਸ ਕਰਦੇ ਹੋ, ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ। ਅਦਰਵਾਈਜ਼ ਯੂ ਕੈਨ ਆਲਸੋ ਵਟਸਐਪ, ਉੱਤੇ ਵੀ ਤੁਸੀਂ ਮੈਸੇਜ ਕਰਕੇ ਆਪਣਾ ਨਾਮ ਅਤੇ ਡਿਸਟ੍ਰਿਕਟ ਦੱਸ ਕੇ ਤੁਸੀਂ ਆਪਣਾ ਕੁਐਸਚਨ ਪੁੱਟ ਕਰ ਸਕਦੇ ਹੋ ਕਿ ਸਰ ਮੈਨੂੰ ਇਹ ਡਾਊਟ ਹੈ, ਸੋ ਯੂ ਨੀਡ ਦਾ ਸਲਿਊਸ਼ਨ। ਮੈਂ ਜਿੰਨਾ ਹੋ ਸਕੇ ਤੁਹਾਨੂੰ ਸਲਿਊਸ਼ਨ ਤੁਹਾਡੀ ਹੈਲਪ ਕਰਾਂਗਾ। ਸੋ ਥੈਂਕ ਯੂ ਫਰੈਂਡ, ਜਿੰਨਾ ਹੋ ਸਕੇ ਵੀਡੀਓ ਨੂੰ ਸ਼ੇਅਰ ਕਰੋ ਸੋ ਡੈਟ ਅਦਰ ਕੈਂਡੀਡੇਟਸ ਨੂੰ ਵੀ ਪਤਾ ਲੱਗ ਸਕੇ, ਅਤੇ ਨਾਲ ਦੇ ਨਾਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸੋ ਡੈਟ ਇਨ ਫਿਊਚਰ ਜਿਹੜੀ ਵੀ ਲੇਟੈਸਟ ਅਪਡੇਟ ਆਉਂਦੀ ਹੈ ਉਹਦਾ ਜਿਹੜਾ ਸਲਿਊਸ਼ਨ ਹੈ ਮੈਂ ਤੁਹਾਨੂੰ ਟਾਈਮਲੀ ਪ੍ਰੋਵਾਈਡ ਕਰ ਸਕਾਂ। ਸੋ ਥੈਂਕ ਯੂ ਫਰੈਂਡਸ ਫੋਰ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੂਰ ਅਵੇਲੇਬਲ ਟਾਈਮ।